ਉਹ ਤਾਰੀਖ ਸਾਜ ਸ਼ਖਸੀਅਤ ਜਿਹੜੀ ਹੈ ਉਹ ਹਜ਼ਰਤ ਖਾਜਾ ਗੁਲਾਮ ਫਰੀਦ ਕੁਰੇਜਾ ਦੀ ਸਾਨੀ ਸਰਕਾਰ ਸਹੀ ਗੁਲਾਮ ਫਰੀਦ ਕੁਰੇਜਾ ਸਾਹਿਬ ਸਾਡੇ ਦਰਮਿਆਨ ਮੌਜੂਦ ਹਨ ਔਰ ਪਿਛਲੇ 2 ਜੂਨ ਨੂੰ ਵੀ ਉਹ ਕਾਨਫਰੰਸ ਵਿੱਚ ਆਏ ਲੇਕਿਨ ਉਹਨਾਂ ਕੋਲ ਉਹ ਵਾਲੇ ਮੌਕਾ ਨਹੀਂ ਮਿਲ ਸਕਾ ਤਾਂ ਕਾਨਫਰੰਸ ਦਾ ਟਾਈਮ ਜ਼ਿਆਦਾ ਥੀ ਗਿਆ ਹਾਂ ਤਾਂ ਅਸਾਂ ਉਹਦੇ ਵੀ ਇਹ ਨਾ ਮਾਜ਼ਰਤ ਕਰਦੇ ਸੀ ਲੇਕਿਨ ਇਹ ਦਫ਼ਾ ਖਾਜਾ ਸਾਹਿਬ ਸਾਡੇ ਉੱਤੇ ਮਿਹਰਬਾਨੀ ਕੀਤੀ ਹੈ ਕਿ ਇਹ ਸਰਾਬਰ ਸਰਾਗਿਸਤਾਨ ਕਾਨਫਰੰਸ ਵਿੱਚ ਜਿੱਥਾਂ ਉਹਨਾਂ ਦੀ ਬ੍ਰਿਸਟਰ ਤਾਜ ਮੁਹੰਮਦ ਖਾਨ ਲਗਾ ਸਾਹਿਬ ਨਾਲ ਜੁੜਾ ਤੇ ਤਾਂ ਉੱਥਾਂ ਪਾਕਿਸਤਾਨ ਸਰਾਗੀ ਪਾਰਟੀ ਨਾਲ ਅੱਜ ਵੀ ਉਵੇਂ ਹੀ ਜੁੜਤ ਮੌਜੂਦ ਹੈ ਪਈ ਤਾਂ ਮੈਂ ਉਹਨਾਂ ਦੀ ਅਜ਼ਮਤ ਨੂੰ ਸਲਾਮ ਪੇਸ਼ ਕਰਦਾ ਤਾਂ ਖਾਜਾ ਫਰੀਦ ਸਿੰਘ ਵਾਸਤੇ ਇੱਕ ਬਹੁ ਵੱਡੀ ਤਾੜੀਆਂ ਇਹਨਾਂ ਦਾ ਨਾਲ ਉਹਨਾਂ ਦਾ ਇਸਤਕਬਾਲ ਕਰੇ ਸੋ ਕਿਹੜੀ ਸ਼ਾਨ ਮੈਡੀ ਸ਼ਾਨ ਪਾਕਿਸਤਾਨ ਸਾਜ ਲਗਾ ਸਹੀ ਰਹਿਬਰ ਸ਼ੇਖਸਤਾਨ ਕਾਨਫਰੰਸ ਦੇ ਉੱਤੇ ਮੈਂ ਚੇਅਰਪਰਸਨ ਨਵਾਜ਼ ਬੈਂਸ ਸਾਹਿਬ ਔਰ ਸੈਕਟਰੀ ਜਨਰਲ ਅਕਬਰ ਇਕਸਾਈ ਸਾਹਿਬ ਔਰ ਪਾਕਿਸਤਾਨ ਸਹਿਕਾਰੀ ਪਾਰਟੀ ਦੇ ਤਮਾਮ ਕਾਨਫਰੰਸ ਦੀ ਮੁਬਾਰਕਬਾਦ ਦੇ ਸਾਹ ਕਿ ਉਹਨੇ ਬੜਾ ਭਰਪੂਰ ਜੇ ਕਾਨਫਰੰਸ ਦੇ ਨਕਾਬ ਕੀਤੇ ਜਿਹਦੇ ਸਰੈਕੀ ਵਸੇਬ ਦੇ ਮੁਖਤਲਿਫ ਅਦਰਾਤ ਨੂੰ ਜਿਹੜਾ ਹੈ ਸਿਆਸੀ ਰਹਿਨਮਾਈ ਦੀ ਸ਼ਿਰਕਤ ਔਰ ਸਿੰਧ ਸੂਬੇ ਤੋਂ ਵੀ ਸਿੰਧੀ ਦੋਸਤੇ ਦੀ ਨੁਮਾਇੰਦਗੀ ਹੈ ਪਾਕਿਸਤਾਨ 5 ਕੌਮੀ ਦੀ ਮੁਲਕ ਹੈ ਸਿੰਧੀ ਬਲੋਚ ਪਸ਼ਤੂਨ ਪੰਜਾਬੀ ਔਰ ਸਰਹੱਦੀ ਅਕਵਾਮ ਦਾ ਮਜਮੂਆ ਹੈ ਔਰ 4 ਕੌਮਾਂ ਉਹਨੇ ਦੀ ਇਕਾਈ ਹੀ ਪਈ ਸਿੰਧ ਬਲੋਚਿਸਤਾਨ ਐਬਲ ਪਖਤੂਨਖਾ ਔਰ ਪੰਜਾਬ ਜਦਕਿ ਸਰਹੱਦੀ ਖਿੱਤੇ ਦੇ ਲੋਕ ਆਪਣੀ ਸ਼ਨਾਖਤ ਵਾਸਤੇ ਜਦੋਂ ਜਹਿਦ ਕਰਦੇ ਪਏ 1971 ਤੋਂ ਪਹਿਲੇ ਪਾਕਿਸਤਾਨ ਵਿੱਚ ਬਸ਼ਕੀ ਪਾਕਿਸਤਾਨ ਵੀ ਹਾਂ ਔਰ ਬੰਗਾਲੀ ਵੀ ਪਾਕਿਸਤਾਨ ਦਾ ਹਿੱਸਾ ਹੈ ਅਗਰ ਤੁਸੀਂ ਤਾਰੀਖ ਦੇਖੋ ਜਿਵੇਂ ਚੌਰਾ ਨੁਕਾਤ ਆਦੇ ਪਿਆ ਇਨਸਾਰੀ ਸਾਹਿਬ ਔਰ ਚੌਰਾ ਨੁਕਾਤ ਸਰੈਕੀ ਸੂਬੇ ਦੇ ਹਵਾਲੇ ਨਾਲ ਔਰ ਸਰੈਕੀ ਕੌਮੀ ਹਕੂਮਤ ਦੇ ਹਵਾਲੇ ਨਾਲ ਔਰ ਪਾਕਿਸਤਾਨ ਵਿੱਚ ਮਜ਼ਲੂਮ ਤਬਕਾ ਦੇ ਹਵਾਲੇ ਨਾਲ ਜੇ ਚੌਰਾ ਨੁਕਾਤ ਨਹੀਂ ਪੜ੍ਹੇ ਉਹਨੇ ਕਹਿ ਦਿਆ ਤਾਂ ਵੀ ਆਖਿਆ ਕਿ ਲਿਸਾਨੀ ਸਕਾਫਤੀ ਤਾਰੀਖੀ ਜਗਰਾਫੀ ਬੁਨਿਆਦ ਦੇ ਸਿੰਧ ਬੰਬਈ ਦਾ ਹਿੱਸਾ ਕੋਈ ਨਹੀਂ ਔਰ ਲਿਸਾਨੀ ਸਕਾਫਤੀ ਤਾਰੀਖੀ ਜਗਰਾਫੀ ਬੁਨਿਆਦ ਤੋਂ 1935 ਵਿੱਚ ਸਿੰਧ ਨੂੰ ਬੰਬਈ ਤੋਂ ਅਲੱਗ ਕੀਤਾ ਗਿਆ ਔਰ ਅਸਾਂ ਵੀ ਉਹ ਮੁਤਾਲਬਾ ਕਰ ਦੂੰ ਕਿ ਲਿਸਾਨੀ ਸਕਾਫਤੀ ਤਾਰੀਖੀ ਜਗਰਾਫੀ ਬੁਨਿਆਦ ਦੇ ਸਰੈਕੀ ਵਸੇਬ ਜਿਹੜਾ ਕਿਹੜੀ ਪੰਜਾਬ ਦਾ ਹਿੱਸਾ ਨਹੀਂ ਰਹਿ ਗਿਆ ਔਰ ਸਾਰੇ ਬੱਖੂ ਦਾ ਇਲਾਕੇ ਟਾਂਗਪੁਰ ਹਿੰਦ ਦੇ ਉਕਾੜਾ ਤੱਕ ਜਿਹੜੇ ਸਾਡੇ ਬੱਖੂ ਦਾ ਇਲਾਕੇ ਸਾਕੂ ਵਾਪਸ ਕੀਤੇ ਵਜਨ ਔਰ ਉਹਦੇ ਉੱਤੇ ਮੁਜਮਸਾ ਸਰੈਕਿਸਤਾਨ ਸੂਬਾ ਬਣਾਇਆ ਵਜੇ ਔਰ ਤੁਸੀਂ ਦੇਖੋ ਕਿ ਪਾਕਿਸਤਾਨ ਜਿਹੜਾ ਹੈ ਸਭ ਤੋਂ ਪਹਿਲੇ ਪਾਕਿਸਤਾਨ ਦੀ ਕਰਾਰਦਾ ਸਿੰਧ ਸੂਬੇ ਪੇਸ਼ ਕੀਤੀ ਔਰ ਮੁਸਲਿਮ ਲੀਗ ਬੰਗਾਲ ਹੀ ਬਣੀ ਲੇਕਿਨ ਪਾਕਿਸਤਾਨ ਬਣਨ ਦੇ ਬਾਅਦ ਤੁਸੀਂ ਲਿਖਿਆ ਕਿ ਵੀ ਬੰਗਾਲੀ ਨਾਲ ਕਿਆ ਸਲੂਕ ਆ ਔਰ ਬੰਗਾਲੀ ਜਵਾਬ ਨੂੰ ਜਦੋਂ ਦਬਾਇਆ ਗਿਆ ਬੰਗਾਲੀ ਸ਼ਨਾਖਤ ਨੂੰ ਦਬਾਇਆ ਗਿਆ ਤੁਹਾਡੇ ਸਾਹਮਣੇ ਹੈ ਔਰ ਜਿਹੜਾ ਹੈ ਸਿੰਧ ਜਿਹੜਾ ਪਾਕਿਸਤਾਨ ਦਾ ਬਾਨੀ ਸੂਬਾ ਹੋਣ ਦੇ ਬਾਵਜੂਦ ਉੱਥੇ ਵੱਡੇ ਵੱਡੇ ਕਾਨੂੰਨੀਆਂ ਬਣਾਇਆ ਗਿਆ ਔਰ ਹੁਣ ਵੀ ਪਾਕਿਸਤਾਨ ਵਿੱਚ ਸਰੈਕੀ ਸਿੰਧੀ ਬਲੋਚ ਔਰ ਪਸ਼ਤੂਨ ਜਿਹੜਾ ਮਜ਼ਲੂਮ ਹੈ ਔਰ ਮੁਲਕ ਔਰ ਮਜ਼ਹਬ ਦੇ ਨਾਂ ਦੇ ਉੱਤੇ ਪਾਕਿਸਤਾਨ ਵਿੱਚ ਜਿਹੜਾ ਪੰਜਾਬ ਦੀ ਬਲਦਸਤੀ ਮਜ਼ਬੂਤ ਕੀਤਾ ਵਾ ਪਏ ਅਸਾਂ ਇਹ ਚਾਹੁੰਦੂ ਕਿ ਬਈ ਪਾਕਿਸਤਾਨ ਨੇ ਮਸਾਵੀ ਹਕੂਕ ਹੋਵੇ ਔਰ ਹੁਣ ਮੁਲਤਾਨ ਸੈਕਟਰੀਏਟ ਖਤਮ ਕੀਤਾ ਗਿਆ ਕਿ ਬਈ ਪੰਜਾਬ ਦੀ ਬਲਦਸਤੀ ਨਾਲ ਜਾਂ ਪੰਜਾਬੀਅਤ ਦੇ ਨਾਲ ਪਾਕਿਸਤਾਨ ਨੂੰ ਮੁਸਤਹਿਕਮ ਨਹੀਂ ਕੀਤਾ ਬਣ ਸਕਦਾ ਜਦ ਤੱਕ ਇੱਥੇ ਰਹਿਣ ਵਾਲੇ ਲੋਕਾਂ ਨੂੰ ਮੁਕੰਮਲ ਸਿਆਸੀ ਹਕੂਕ ਨਾ ਮਿਲ ਸਕਣ ਉਹਨਾਂ ਦਾ ਇਸਤੇ ਸਾਲ ਖਤਮ ਹੋਤੀ ਸੀ ਉਹ ਵਕਤ ਤੱਕ ਸਾਡੇ ਮਸਾਇਲ ਹੱਲ ਨਾ ਸੀ ਸਕ ਔਰ ਹੁਣ ਦੇਖੋ ਭਾਈ ਮੁਲਤਾਨ ਸੈਕਟਰੀਏਟ ਜਿਹੜਾ 11 ਜ਼ਿਲ੍ਹੇ ਦੇ ਉੱਤੇ ਆ ਔਰ ਸਰੈਕੀ ਵਸੇਬ ਦੇ ਲੋਕ ਇਹ ਮੁਤਾਲਬਾ ਕਰਦੇ ਹਨ ਕਿ ਭਾਈ ਸਾਡੇ ਮਕਬੂਲਾ ਇਲਾਕੇ ਵਾਪਸ ਕਰੋ
ਮੌਜੂਦਾ ਹਕੂਮਤ ਨੇ ਉਹ ਸੈਕਟਰੀਏਟ ਵਾਪਸ ਜਿਹੜਾ ਹੈ ਔਰ ਜਿਹੜਾ ਹੈ ਅਸਾਂ ਉਹਦੇ ਵਾਸਤੇ ਮੁਜ਼ਾਹਰੇ ਕਰਦੇ ਪਿਓ ਔਰ ਅਸਾਂ ਇਹ ਪ੍ਰੋਗਰਾਮ ਬਣਾਇਆ ਕਿ ਹਰ ਜ਼ਿਲ੍ਹੇ ਹੈੱਡਕੁਆਰਟਰ ਦੇ ਉੱਤੇ ਜਿਹੜਾ ਹੈ ਮੁਲਤਾਨ ਸੈਕਟਰੀਏਟ ਸਾਹੀਵਾਲ ਛੰਗ ਮੀਆਂਵਾਲੀ ਫਖਰ ਨੂੰ ਸ਼ਾਮਿਲ ਕੀਤਾ ਵਜੇ ਔਰ ਜਿਹੜਾ ਸੈਕਟਰੀਏਟ ਨੂੰ ਜਿਹੜਾ ਬਹਾਲ ਕੀਤਾ ਵਜੇ ਅਸਾਂ ਪਾਕਿਸਤਾਨ ਦੇ ਯਕਸ਼ਾ ਜਿਹੜਾ ਇਨਸਾਫ ਜਾਦੂ ਅਤੇ ਭਾਈ ਮਜ਼ਲੂਮ ਚਾਹੇ ਜ਼ਬਾਨ ਦੀ ਬੁਨਿਆਦ ਹੈ ਜਾਂ ਮਜ਼ਹਬ ਦੀ ਬੁਨਿਆਦ ਹੈ ਬੁਨਿਆਦੀ ਤੌਰ 'ਤੇ ਜਦ ਤੱਕ ਸੱਤਰ ਸਾਲ ਦੀ ਇਨਜ਼ਾਮ ਖਤਰਨਾਕ ਸੀ ਉਹ ਵਕਤ ਤੱਕ 50 ਸਾਲ ਨਾ ਸੀ ਸਰ ਔਰ ਮੁਲਕ ਔਰ ਮਜ਼ਹਬ ਦੇ ਨਾਂ ਦੇ ਉੱਤੇ ਸਿੰਧੋ ਤੋਂ ਮੁਸੱਤਾ ਰਹਿਨੁਮਾ ਅਸਲਮ ਸਾਹਿਬ ਦੇ ਬੇਟੇ ਉਹਨਾਂ ਦੀ ਬੇਟੀ ਹੈ ਸਾਡੀ ਭੈਣ ਤੁਸੀਂ ਸਾਰੇ ਦੋਸਤਾਂ ਕੋਲ ਸਲਾਮ ਬੋਲਿਆ ਅਸਲਮ ਰਸੂਲਪੁਰੀ ਸਾਹਿਬ ਨਾਲ ਕੋਈ ਕੰਮ ਉੱਤੇ ਗੱਲ ਕਰਨ ਬਹੁਤ ਮੇਰਾ ਕੱਦ ਬਹੁਤ ਛੋਟਾ ਹੈ ਅਸਲਮ ਸਾਹਿਬ ਬਹੁਤ ਵੱਡੀ ਸ਼ਖਸੀਅਤ ਹਨ ਲਿਹਾਜ਼ਾ ਕੁਝ ਯਾਦਾਂ ਕੁਝ ਗਾਲੀ ਦੋ ਚਾਰ ਮੈਂ ਕਰੇ ਸਾਂ ਸ਼ੇਅਰ ਅਤੇ ਉਹਦੇ ਬਾਅਦ ਇਜਾਜ਼ਤ ਚਾਹਾਂ ਕਿਉਂਕਿ ਟਾਈਮ ਵੀ ਬਹੁਤ ਸਾਰਾ ਠੀਕ ਹੈ ਔਰ ਅਸਲ ਗਾਲੀਆਂ ਸਾਂ ਸਕਾਲਰ ਜਿਹੜੇ ਸਾਰੇ ਬੈਠੇ ਉਹਨਾਂ ਕਿਵੇਂ ਸੁਣ ਸਕਦੇ ਅਸਲਮ ਰਸੂਲਪੁਰੀ ਸਾਹਿਬ ਜੀ ਦਾ ਨਾਂ ਅਸੀਂ ਸੁਣਦੇ ਹਾਂ ਅਸੀਂ 75 ਵਾਲੀ ਸਰਾਇਕੀ ਕਾਨਫਰੰਸ ਵਿੱਚ ਆਪ ਵੀ ਉਹਦੇ ਵਿੱਚ ਸ਼ਾਮਿਲ ਹਨ ਵੱਲ ਸਰਾਇਕੀ ਸੂਬਾ ਮਾਜ ਬਣਿਆ ਵੱਲ ਪਾਕਿਸਤਾਨ ਸਰਾਇਕੀ ਪਾਰਟੀ ਬਣੀ ਸਰਾਇਕੀ ਪਾਰਟੀ ਚਾਹੁੰਦੇ ਰਹਿੰਦੇ ਹੁੰਦੇ ਅਸੀਂ ਅਸਲਮ ਸਾਹਿਬ ਕੋਲ ਜਿਹੜਾ ਪਹਿਲਾਂ ਉਹਦਾ ਮਿਲਿਆ ਪਾਰਟੀ ਹੈ ਉਹ ਮੈਂ ਕੋਲ ਜਿਹੜਾ ਯਾਦ ਆਉਂਦੇ ਉਹ ਸੈਕਟਰੀ ਕਲਚਰ ਦਾ ਅਕਸਰ ਰਹਿ ਸਾਹਿਬ ਦੇ ਇਕੱਠੇ ਉਹਨਾਂ ਦੇ ਕੋਲ ਦਫ਼ਤਰ ਰਹਿੰਦੇ ਹੁੰਦੇ ਅਸੀਂ ਰਸੂਲਪੁਰ ਰਹਿੰਦੇ ਅਸੀਂ ਜਾਮਪੁਰ ਰਹਿੰਦੇ ਅਸੀਂ ਅਸਲਮ ਸਾਹਿਬ ਇੰਤਿਹਾਈ ਸਾਦਾ ਸ਼ਿਖ ਤਬੀਅਤ ਦੇ ਮਾਲਕ ਹਨ ਉਹ ਹੀ ਮਤਲਬ ਬਾਕੀ ਦੁਆ ਹੈ ਕਿ ਅੱਲਾਹ ਤਾਲਾ ਉਹਨਾਂ ਦੀ ਕਬਰ ਰੋਸ਼ਨ ਕਰੇ ਉਹਨਾਂ ਦੇ ਗੁਜ਼ਾਰ ਬੁਲੰਦ ਕਰੇ ਮਿਹਰਬਾਨੀ ਸ਼ੁਕਰੀਆ